देसी पंजाब मेरा देसी पंजाब, देसी पंजाब मेरा देसी पंजाब। देसी घी जिन्ना जी रज रज पी है पूरा लाजवाब, देसी पंजाब मेरा देसी पंजाब, देसी पंजाब मेरा देसी पंजाब। सत श्री अकाल जी, गुरनाम सिद्धू एक बार फिर हाजिर है प्रोग्राम लैके देसी पंजाब ते। अज असीं पहुंचे हैं तहसील जगराओं दा पिंड गालिब कलां। आओ फिर गालिब कलां दीआं गलियां चलदे हां ते करदे हां लोकां दे नाल गल्लां। आ जाओ देसी पंजाब मेरा देसी पंजाब। सत श्री अकाल जी, किवें हो मुंडियो? हाय हाय हाय, आ की टंग्या है? की है इहनूं पुछ लैं। ਹੈੱਡਫੋਨ ਜੀ, ਹੈੱਡ ਤੇ ਫੋਨ, ਹੈੱਡ ਤਾਂ ਉੱਤੇ ਆ, ਇਹ ਟੰਗਿਆ ਇਹਦੇ ਨਾਲ ਤਾਂ ਹੈ ਨਹੀਂ ਹੈੱਡ। ਅੱਛਾ ਜੀ, ਹੈੱਡ ਦਾ ਸਿਰ ਹੁੰਦਾ। ਹਾਂਜੀ, ਇਹ ਲਾਉਂਦੇ ਕੰਨਾਂ 'ਚ, ਕਹਿੰਦੇ ਹੈੱਡਫੋਨ, ਇਹ ਚੱਕਰ ਕੀ ਮੈਨੂੰ ਦੱਸਿਓ ਮਾੜਾ ਜਿਹਾ। ਨਹੀਂ ਪਤਾ ਜੀ, ਹੈੱਡਫੋਨ ਕਿਉਂ ਕਹਿੰਦੇ? ਹੈੱਡਫੋਨ ਇਹ ਇੰਜੋਏ ਕਰਨ ਵਾਸਤੇ, ਗਾਣੇ ਸੁਣਨ ਵਾਸਤੇ ਜੋ ਬੰਦਾ। ਮੈਂ ਪੁੱਛਿਆ ਇਹਨੂੰ ਹੈੱਡ ਕਿਉਂ ਕਹਿੰਦੇ? ਹੈੱਡ ਮਤਲਬ ਕੰਨਾਂ 'ਚ ਲੱਗਦੇ ਕੰਨ ਯਾਰ, ਹੈੱਡ ਤਾਂ ਤਾਂ ਹੁੰਦਾ। ਬਸ ਬਾਈ ਪਤਾ ਨਹੀਂ, ਜਦ ਕੰਨ 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 ਵਾਲਾ ਕਹਿੰਦੇ ਨਾ ਕੰਨ ਫੋਨ। ਹਾਂ, ਹੈੱਡਫੋਨ ਕਿਉਂ ਕਹਿੰਦੇ? ਨਹੀਂ ਪਤਾ? ਨਹੀਂ ਪਤਾ ਬਾਈ, ਪੱਕੀ ਗੱਲ? ਜਦੋਂ ਤੁਸੀਂ ਦੱਸ ਦਿਓ ਜੀ, ਮੈਨੂੰ ਆਪ ਨਹੀਂ ਪਤਾ, ਮੈਨੂੰ ਮੈਂ ਤਾਂ ਰੱਖੇ ਨਹੀਂ। ਮਾਤਾ ਜੀ ਸਤਿ ਸ੍ਰੀ ਅਕਾਲ, ਕਿਵੇਂ ਹੋ? ਠੀਕ ਆ ਜੀ, ਸਿਹਤ ਫਿੱਟ ਨੇ? ਠੀਕ ਆ। ਸੁਣਾਓ ਪਿੰਡ ਦੀ ਕੋਈ ਗੱਲ, ਸੁਣਾਓ ਮੈਨੂੰ ਪਿੰਡ ਦੀ ਜੀ। ਗੱਲ ਕੀ ਸੀ? ਕੋਈ ਮਰਜ਼ੀ ਸੁਣਾ ਦਿਓ, ਚੁਗਲੀ ਸੁਣਾ ਦਿਓ, ਚਲੋ ਆਪਾਂ ਦੋਵੇਂ ਕਰਦੇ ਹਾਂ ਮਾਂ ਪੁੱਤਰ। ਚੁਗਲੀ ਕੀ ਸੁਣਾਈਏ ਇਹਨਾਂ ਦੀ? ਚੁਗਲੀ ਕਰੀਏ ਇਹਨਾਂ ਦੇ? ਚੁਗਲੀਆਂ ਤਾਂ ਮੈਂ ਨਿੱਤ ਕਰਦੀ ਆ। ਅੱਛਾ, ਲੜਦੀ ਵਾਲੀ ਆ? ਲੜਦੀ ਆ? ਹੋਰ ਨੂੰਹ ਆ ਮੇਰੀ। ਅੱਛਾ, ਨੂੰਹ ਆ ਤੁਹਾਡੀ? ਦਾਲ ਰੋਟੀ ਪਿੱਛੇ ਹੀ ਇਹ ਲੜ ਪੈਂਦੇ ਆ। ਐਵੇਂ ਐਵੇਂ ਕੰਮ ਨਹੀਂ ਪੂਰੀ ਕਰਦੀ, ਕਾਰ ਨਹੀਂ ਕਰਦੀ, ਵਿਹਲੀ ਰੋਟੀਆਂ ਖਾਂਦੀ ਆ। ਅੱਛਾ, ਕਿਉਂ ਲੜਦੇ ਹੋ ਵੀ? ਇਸ ਉਮਰ ਚੰਗਾ ਲੱਗਦਾ? ਲੜਦੀ ਬਹੁਤ ਆ। ਹਾਂ, ਮੂੰਹ ਤੇ ਕਹੀ ਜਾਂਦੇ ਤੁਹਾਡੇ? ਬਹੁਤ ਭੈੜੀ ਆ ਇਹ। ਅੱਛਾ, ਰੋਟੀ ਨਹੀਂ, ਕੱਪੜਾ ਨਹੀਂ ਇਹ ਧੋਂਦੀ, ਨਾ ਰੋਟੀ ਪਾਣੀ ਟਾਈਮ ਨਾਲ ਨਹੀਂ ਦਿੰਦੀ। ਅੱਛਾ, ਬਹੁਤ ਲੜਦੀ ਹੈ? ਬਹੁਤ ਬੋਲਦੀ ਹੈ। ਤੇ ਦਵਾਈ ਦੂਈ ਦਵਾਈ ਆਪਾਂ? ਦਵਾਈ ਇਹਨੂੰ ਆਪਾਂ ਦਵਾ ਦਾਂਗੇ। ਦਵਾ ਦੇ? ਦਵਾਈ ਤਾਂ ਦੇਣੀ ਪਊ। ਤੇ ਮੈਂ ਨਾ ਅੱਗੇ, ਮੈਂ ਪਹਿਲਾਂ ਆ ਕੇ ਭੈਣ ਜੀ ਇਹਨਾਂ ਨੂੰ ਮਿਲਿਆ ਸੀਗਾ ਤੇ ਉਹ ਕਹਿੰਦੇ ਬੁੜੀ ਬਹੁਤ ਬੋਲਦੀ। ਨਹੀਂ ਮੈਂ ਨਹੀਂ ਬੋਲਦੀ, ਇਹੀ ਇਹੀ ਕਹਿ ਰਿਹਾ ਸੀ ਮੈਨੂੰ। ਨਹੀਂ ਇਹੀ ਬੋਲਦੀ, ਇਹਨੂੰ ਐਂ ਪਤਾ ਵੀ ਹੁਣ ਬੁੜੀ ਦੱਦ ਲੱਗੀ ਆ। ਦੱਦ ਲੱਗੀ ਮਤਲਬ? ਅੱਛਾ, ਜਾਂਦੀ ਨਹੀਂ? ਜਾਂਦੀ ਨਹੀਂ, ਚਿੰਬੜੀ ਹੋਈ ਜਿਹਨੂੰ ਕਹਿੰਦੇ। ਅੱਛਾ, ਜੁੰਮ ਕਹੂੰਗੀ ਚਿੰਬੜ ਕੇ ਵੀ ਜਾਵੇ, ਪਰ ਅਸੀਂ ਸੌਖੀ ਐ ਨਹੀਂ ਜਾਣਦੇ। ਮਾਤਾ ਤੁਹਾਨੂੰ ਐਂ ਕਿਵੇਂ ਚਲੀ ਜਾਊ? ਐ ਮੈਂ ਜਾਂਦੀ ਨਹੀਂ ਹਜੇ, ਐ ਨਹੀਂ ਜਾਂਦੀ ਹਜੇ, ਮੈਂ 10-20 ਸਾਲ ਨਹੀਂ ਜਾਣਾ। 10-20 ਸਾਲ? ਮੈਂ ਕਹਿੰਦਾ 50 ਸਾਲ ਨਹੀਂ ਜਾਂਦੇ ਤੁਸੀਂ, ਜੇ ਸਾਹਮਣੇ ਤੁਸੀਂ ਬੋਲਦੇ ਜੇ ਨਾ। ਵਿਆਹ ਵੂ ਦੇ ਕੇ ਸਾਰੇ ਫੇਰ ਨਿਕਲੂਗੀ। ਫੇਰ ਨਿਕਲੂਗੀ ਤੇ ਫਿਰ ਨਿਕਲੂਗੀ ਕਿਵੇਂ? ਕਾਹਤੇ ਜਾਊਂਗੀ? ਮੈਂ ਜਾਊਂਗੀ, ਮੈਂ ਮਹਾਰਾਜ ਕੀ ਪਤਾ ਕਾਹਦੇ ਲੈ ਕੇ ਜਾਵਾਂ। ਹਾਏ, ਜਾਣਾ ਤਾਂ ਸੌਖੀ ਜਾਵਾਂ ਮੈਂ। ਨਹੀਂ ਨਹੀਂ, ਸੌਖੇ ਜਾਓਗੇ? ਮੈਂ ਤਾਂ ਮੈਂ ਤਾਂ ਕਹਿੰਦਾ ਜਾਓ ਨਾ ਅਸੀਂ। ਨਹੀਂ, ਜਾਣਾ ਤਾਂ ਪਊਗਾ। ਇਹੋ ਜਿਹੀਆਂ ਬੇਬੇ ਕਿੱਥੇ ਲੱਭਦੀਆਂ ਪਿੰਡਾਂ? ਸਹੀ ਗੱਲ, ਜਾਣਾ ਤਾਂ ਪੱਤ ਪਊਗਾ। ਨਹੀਂ, ਅਸੀਂ ਜਾਣ ਨਹੀਂ ਦੇਣਾ, ਅਸੀਂ ਫੜ ਲੈਣਾ ਤੁਹਾਨੂੰ। ਪੁੱਤ ਜਾਣ ਨਾ ਦੇ, ਅਸੀਂ ਫੜ ਲੈਣਾ ਤੁਹਾਨੂੰ, ਨਹੀਂ ਜਾਣਦਾ। ਇਹ ਲੜਾਕੀ ਵਾਲੀ ਆ ਕੁੜੀ ਆ ਮੇਰੀ, ਇਹ ਵਾਲੀ ਲੜਾਕੀ ਆ। ਆ ਨਹੀਂ ਲੜਦੀ, ਕੁੜੀ ਤਾਂ ਲੜਦੀ ਨਹੀਂ, ਬੋਲਦੀ ਨਹੀਂ। ਅੱਛਾ, ਇਹ ਮੈਨੂੰ ਇੱਕ ਗੱਲ ਸਹੀ, ਸੱਸਾਂ ਆ ਨੂੰਹ ਦੀ ਬੁਰਾਈ ਕਰਦੀਆਂ, ਕੁੜੀ ਦੀ ਨਹੀਂ ਬੋਲਦੇ? ਇਹ ਧੀ ਆ ਮੇਰੀ। ਅੱਛਾ, ਧੀ ਕੁਛ ਨਹੀਂ ਕਹਿੰਦੀ, ਨੂੰਹ ਬੋਲਦੀ? ਦੱਸੋ ਜੀ, ਸੱਸਾਂ ਜਦੀ ਨੌਹਾਂ ਨੂੰ ਬਦਨਾਮ ਹੀ ਕਰਦੀਆਂ। ਕਿਵੇਂ? ਮੇਸੇ ਹੀ ਬਦਨਾਮ ਕਰਦੀਆਂ ਸੱਸਾਂ ਨੌਹਾਂ ਨੂੰ। ਅੱਛਾ, ਬਦਨਾਮ ਕਰਦੀਆਂ ਲੜਾਕੀ ਵਾਲੀ? ਹਾਂ, ਵੇਖ ਲਓ ਜੀ ਮਾਤਾ ਜੀ, ਉਹ ਰੋਟੀ ਟਾਈਮ ਨਾਲ ਨਹੀਂ ਦਿੰਦੀ, ਕਿਉਂਕਿ ਜਿਹੜਾ ਨੌ ਮਾ ਜਿਹੜਾ ਰਿਸ਼ਤਾ ਕਹਿੰਦੇ ਨਾ ਉਹ ਇਕੱਠਾ ਹੋ ਜਾਂਦਾ, ਮੈਨੂੰ 76 ਪੈਣੇ ਨਾ ਦੋ, ਮੈਂ ਚੱਲਦਾ। ਬੋਲਦੀ ਵਾਲੀ ਆ? ਬਹੁਤ ਬੋਲਦੀ। ਹਾਂ, ਤੁਸੀਂ ਤਾਂ ਜਮਾ ਨਹੀਂ ਬੋਲਦੇ। ਮੈਂ ਤਾਂ ਕੁਛ ਨਹੀਂ, ਕਿੰਨੀ ਦੇਰ ਹੋ ਗਈ ਤੁਸੀਂ ਬੋਲੇ ਨਹੀਂ? ਮੈਂ ਕਹਿੰਦੀ ਹੋਈ ਨਹੀਂ, ਹਾਂ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਆਪਾਂ ਨੂੰ ਨੜਕੇ ਲੈਣਾ ਵੀ ਕੀ ਆ, ਕੀ ਕਿਹੜੇ ਮੌਕੇ ਕੀ ਹੋ ਜਾਏ ਕਿਹੜੇ। ਹਾਂ ਬਿਲਕੁਲ, ਹੱਸਦੇ ਰਹੋ ਹਮੇਸ਼ਾ। ਦੁਨੀਆਂ ਤੋਂ ਚੰਗੇ ਹੋ ਕੇ ਜਾਵੋ ਜਿੱਥੇ ਸ਼ਾਬਾਸ਼ ਮਿਲੇ। ਬਿਲਕੁਲ, ਜਿੱਥੇ ਆਪਾਂ ਗੰਦ ਵੱਢਾਂਗੇ ਗੰਦ 'ਚ ਕੋਈ ਫਾਇਦਾ? ਬਿਲਕੁਲ। ਚਲੋ ਮਾਤਾ ਜੀ, ਜਿਉਂਦੇ ਰਹੋ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਬਾਈ ਜੀ। ਹਾਂਜੀ ਬਾਈ, ਮੈਂ ਕਿਹਾ ਡੌਲਿਆਂ ਬੜੇ ਕਬੂਤਰ ਕਬਾਦ ਪਾਏ ਆ। ਕਬੂਤਰ ਬਸ ਪੰਜਾਬੀਆਂ ਦਾ ਸਟਾਈਲ ਆ। ਹਾਂ, ਪੰਜਾਬੀਆਂ ਦਾ ਸਟਾਈਲ। ਕੋਈ ਕਬੂਤਰ ਬਣਾਉਂਦਾ, ਕੋਈ ਬਾਜ ਬਣਾਉਂਦਾ, ਕੋਈ ਸ਼ੇਰ ਬਣਾਉਂਦਾ। ਅੱਛਾ, ਐ ਨਹੀਂ ਹੁੰਦਾ ਕਿ ਵੀਰ ਜਵਾਨੀ ਵੇਲੇ ਪਾ ਵੀ ਦੇ, ਜੋ ਬੱਚੇ ਵੱਡੇ ਹੋ ਜਾਂਦੇ ਉਦੋਂ ਸ਼ਰਮ ਨਹੀਂ ਆਉਂਦੀ? ਉਦੋਂ ਜੀ ਕਰਦਾ ਕਬੂਤਰ ਉੱਡ ਜਾਵੇ। ਨਹੀਂ ਨਹੀਂ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਕੋਈ ਸ਼ਰਮ ਨਹੀਂ ਨਾ, ਇਹ 'ਚ ਕੀ ਹੈ, ਇਹ ਕਿਹੜਾ ਮਾੜਾ ਕੰਮ ਆ ਗਿਆ? ਨਹੀਂ ਨਹੀਂ, ਐਂ ਜੇ ਉਹ ਤਾਂ ਸ਼ੌਂਕ ਹੁੰਦਾ ਨਾ, ਜਵਾਨੀ ਵੇਲੇ ਪ੍ਰਤੀਕ ਹੁੰਦਾ ਜਵਾਨੀ ਦਾ। ਹੁਣ ਵੀ ਜਵਾਨੀ ਨਾਲ ਕਿਹੜਾ ਬੁੜੇ ਹੋ ਗਏ? ਅੱਛਾ, ਬੁੜੇ ਮੰਨਦੇ ਨਹੀਂ ਹੋਰ। ਕਿੰਨੀ ਉਮਰ ਹੋ ਗਈ ਬਾਈ ਦੀ ਭਲਾ? ਬਾਈ ਦੀ ਹੂ 22 ਸਾਲ ਕਹਿ ਦਿਓ। 22 ਸਾਲ ਬਾਈ ਦੀ? 22 ਸਾਲ ਹਾਂ, 22 ਸਾਲ ਬਾਈ। ਕਿੰਨੀ ਹੋਈ ਆ? 33 ਸਾਲ ਦੀ। 33 ਸਾਲ ਹੋਇਆ? ਹਾਂ, ਫਿਰ ਤੋਂ ਤਾਂ ਯਾਰ ਫਿਰ 10 ਸਾਲ ਵੱਡੇ ਹੋ। ਅੱਛਾ, ਹੈਨਾ, ਮੇਰੇ ਕੋਈ ਨਹੀਂ ਕਬੂਤਰ ਕਬਾਦਰ ਪਾਇਆ। ਮੇਰਾ ਐਸੇ ਨਾ, ਮੈਂ ਪਿੰਡਾਂ ਜਾਂਦਾ ਨਾ, ਗਰਮੀ ਜੁੜ ਜਾਂਦਾ ਯਾਰ, ਕਬੂਤਰ ਢਹਿ ਜਾਂਦਾ, ਫਿਰ ਮੈਂ
ਛੱਡੋ ਭਰਾ ਯਾਰ ਸਾਡੇ ਨਹੀਂ ਉੱਡਦੇ ਨਾ ਉੱਡਦਾ ਨਹੀਂ ਹੋਰ ਕੀ ਕੰਮ ਕਰਦੇ ਹੋ ਕੰਮ ਬਸ ਡਰਾਈਵਰੀ ਡਰਾਈਵਰੀ ਕਰਦੇ ਹੋ ਕਾ ਦੇਤੇ ਟਰੱਕ ਦੇ ਟਰੱਕ ਦੇ ਬਾਹਰ ਸੀ ਨਾ ਉੱਥੇ ਅਰਬ ਜੀ ਅੱਛਾ ਬਾਹਰ ਬਾਹਰਲੇ ਕੰਟਰੀ ਇੰਡੀਆ ਤਾਂ ਛੋਟੀਆਂ ਗੱਡੀਆਂ ਮਿਲਣਗੀਆਂ ਅੱਛਾ ਅੱਛਾ ਕਿ ਬਾਹਰ ਉੱਥੇ ਕੀ ਡਰਾਈਵਰਾਂ ਦਾ ਕੀ ਹਾਲਾਤ ਹਨ ਡਰਾਈਵਰਾਂ ਦੇ ਹਾਲਾਤ ਬਾਈ ਜੀ ਅੱਡੋ ਅੱਡਾ ਕੰਪਨੀ ਵਧੀਆ ਮਿਲ ਗਈ ਤੇ ਸਭ ਕੁਝ ਸਹੀ ਆ ਕਿੰਨੇ ਸਾਲ ਲਾਏ ਤੁਸੀਂ ਮੈਂ ਤਾਂ 4 ਸਾਲ ਲਾਏ 4 ਸਾਲ ਲਾ ਕੇ ਆ ਗਏ ਹਾਂਜੀ ਅੱਛਾ ਹੁਣ ਦੁਬਾਰਾ ਜਾਣ ਕੇ ਟਰਾਈ ਕਰ ਰਹੇ ਆ ਫਿਰ ਜਾਣਾ ਕੰਪਨੀ 'ਚ ਅੱਛਾ ਪੱਪੂ ਜੀ ਗੱਲ ਪੁੱਛਣੀ ਆ ਪੁੱਛੋ ਪੁੱਛੋ ਜੀ ਜਦੋਂ ਛੋਟੇ ਸੀ ਤੁਸੀਂ ਹਾਂਜੀ ਤੇ ਜਦੋਂ ਤੁਹਾਡੇ ਪਿਤਾ ਸ਼੍ਰੀ ਸਾਡੇ ਬਾਪੂ ਜੀ ਹਾਂਜੀ ਹਾਂਜੀ ਕੋਈ ਚੀਜ਼ ਲੈ ਕੇ ਆਉਂਦੇ ਕਿਹੜੀ ਚੀਜ਼ ਐਸੀ ਲੈ ਕੇ ਆਉਂਦੇ ਜਿਹਦੇ ਤੋਂ ਦਿਲ ਖੁਸ਼ ਹੋ ਜਾਂਦਾ ਆਹਾ ਹਾ ਚੀਜ਼ਾਂ ਤਾਂ ਜਿੰਨੀਆਂ ਮਰਜ਼ੀ ਤੂੰ ਦਾ ਪੁੱਛ ਲਾ ਸਾਰੀਆਂ ਦੱਸਣ ਨੂੰ ਤਿਆਰ ਆ ਨਹੀਂ ਕੋਈ ਇਹੋ ਜੀ ਚੀਜ਼ ਇੱਕ ਖਾਸ ਹੁੰਦੀ ਨਾ ਬੱਚੇ ਦੀ ਫੇਵਰਟ ਹੁੰਦੀ ਹੈ ਨਾ ਮਾਪਿਆਂ ਦੀ ਖੁਸ਼ੀ ਦੀ ਖਾਤਰ ਬੱਚੇ ਕੀ ਨਹੀਂ ਕਰਦੇ ਆਹਾ ਹਾ ਜੋ ਮਨਪਸੰਦ ਚੀਜ਼ ਆ ਬੰਦਾ ਉਹੀ ਲੈ ਕੇ ਆਉਂਦਾ ਬਿਲਕੁਲ ਬਿਲਕੁਲ ਖੁਸ਼ੀਆਂ ਨਾਲ ਬਜ਼ੁਰਗ ਤਾਂ ਹੁਣ ਨਹੀਂ ਰਹੇ ਚਲੇ ਗਏ ਪਰ ਅਸੀਂ ਹੁਣ ਬੈਠੇ ਹਾਂ ਸਾਡਾ ਆਪਣਾ ਆਈ ਘਰ ਆ ਅੱਛਾ ਜੀ ਪਰ ਬੈਠੇ ਹਾਂ ਸਾਰੇ ਰਾਜ ਖੁਸ਼ੀਆਂ ਬਹੁਤ ਤੇ ਹੁਣ ਤੁਸੀਂ ਵੀ ਆਪਦੇ ਪੋਤਰਿਆਂ ਨੂੰ ਲਿਆ ਕੇ ਦਿੰਦੇ ਹੋ ਚੀਜ਼ਾਂ ਹਾਂ ਬਿਲਕੁਲ ਹਾਂਜੀ ਪੜ੍ਹਨ ਗਏ ਹੋਏ ਆ ਅੱਛਾ ਛੋਟੇ ਆ ਛੋਟੇ ਆ ਜਿਹੜਾ ਕੁਛ ਮੰਗਦੇ ਆ ਧੱਕੇ ਨਾਲ ਕੱਢ ਕੇ ਲੈ ਜਾਂਦੇ ਆ ਉਦੋਂ ਤੁਸੀਂ ਵੀ ਜੇਬ 'ਚ ਖੜਦੇ ਹੋਵੋਗੇ ਨਾ ਲੈ ਹੁਣ ਸਾਡੇ ਵੇਲੇ ਸਾਡੀਆਂ ਗੱਲਾਂ ਸੀਗੀਆਂ ਹੁਣ ਜਵਾਨਾਂ ਕੋਈ ਹੋਰ ਉਦੋਂ ਤਾਂ ਮੈਂ ਕਿਹਾ ਜਵਾਨੀ ਠਿਆਨੀ ਇਹਦੇ ਨਾਲ ਹੀ ਕੰਮ ਸਰ ਜਾਣਾ ਉਹ ਜਵਾਨਾਂ ਕੁਛ ਹੋਰ ਪੈਸੇ ਕੁਛ ਹੁੰਦੇ ਸੀ ਨਾ ਹੁਣ ਤਾਂ 10 ਰੁਪਏ ਤੋਂ ਘੱਟ ਜਵਾਕ ਫੜਦਾ ਹੀ ਨਹੀਂਗਾ ਕਿ ਨਹੀਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਾਪੂ ਠੀਕ ਹੈ ਜੀ ਕਿਵੇਂ ਕਿੰਨੀ ਕੁ ਗਰਮੀ ਲੱਗ ਰਹੀ ਹੈ ਗਰਮੀ ਤਾਂ ਆਉਂਦੀ ਨਹੀਂ ਸਾਨੂੰ ਆਉਂਦੀ ਨਹੀਂ ਹਾਂ ਅੱਛਾ ਤੁਹਾਡੇ ਅੱਗੇ ਨੂੰ ਗਰਮੀ ਹੋ ਗਈ ਵਿਹਲੇ ਆ ਸਾਨੂੰ ਨਹੀਂ ਬਾਪੂ ਪਹਿਲਾ ਬੰਦਾ ਜਿਹਨੇ ਸਹਿ ਮੈਂ ਵਿਹਲਾ ਫਿਰਦਾ ਜੀ ਬਾਪੂ ਕੰਮ ਲੱਭਦੇ ਮੈਨੂੰ ਇਹਨੂੰ ਮੈਨੂੰ ਕੰਮ ਬੜੇ ਦੱਸੋ ਕੀ ਕੀ ਤੇ ਪਲਾਟ ਵਿਹਲੇ ਆ ਇਸੇ ਕੰਮ ਵਾਸਤੇ ਹੀ ਆ ਨਹੀਂ ਪਲਾਟ ਤੇ ਕਰਾਂਗੇ ਜਗ੍ਹਾ ਪਾਵਾਂ ਮੈਂ ਕੀ ਜਗ੍ਹਾ ਕੀ ਬਣ ਬਜਰੀ ਲਾਹਾਂਗੇ ਚੱਲ ਬਸੇ ਅੱਛਾ ਬਜਰੀ ਲਾਉਣੀ ਆ ਲਾਉਣੀ ਆ ਲਾਉਣੀ ਆ ਤੇ ਹੋਰ ਅੱਛਾ ਬਜਰੀ ਲੁੱਕ ਪਾ ਕੇ ਇਹ ਚੱਲਾਂਗੇ ਪੈਸੇ ਬੁਹੇ ਦਿੰਦੇ ਦੇ ਲੈ ਪੈਸੇ ਤੂੰ ਦੇਈ ਉਹਨਾਂ ਨੂੰ ਨਾਲੇ ਮੈਂ ਬਜਰੀ ਲਾਉਣ ਨਾਲੇ ਮੈਂ ਪੈਸੇ ਦੇਵਾਂ ਤੁਹਾਡੇ ਵੈਸੇ ਪੁੱਛਣ ਦੀ ਲੋੜ ਨਹੀਂ ਨੋਹਾਂ ਨੇ ਜਵਾਕ ਦੇ ਤੌਰ ਤੇ ਦੋ ਬਾਪੂ ਸਾਡੇ ਜਾਓ ਖੜਾ ਕੇ ਲਿਆਓ ਅੱਛਾ ਸਵੇਰ ਦੀ ਰੋਟੀ ਵੇਲੇ ਘੰਟਾ ਸਵੇਰੇ ਖੜਾ ਆਣਾ ਫਿਰ ਰੋਟੀ ਮਿਲੀ ਹੋਣੀ ਹੁਣ ਦੁਪਹਿਰੇ ਖੜਾਉਣੇ 2 ਘੰਟੇ ਫਿਰ ਮਿਲੂਗਾ ਦੁਪਹਿਰ ਦਾ ਹਾਂਜੀ ਐਂ ਗੱਲ ਹਾਂਜੀ ਲੈ ਆਪ ਹੀ ਮੰਨੀ ਜਾਂਦੇ ਉਹ ਤਾਂ ਜਿਹੜੇ ਬੱਚੇ ਹੈਗੇ ਤੇ ਖੜਾਉਣੇ ਤਾਂ ਪੈਣੇ ਖੜਾਉਣੇ ਪੈਣੇ ਆ ਅੱਛਾ ਮੇਰੀ ਇੱਕ ਗੱਲ ਸੁਣੋ ਬਾਪੂ ਜੀ ਹਾਂਜੀ ਬਚਪਨ ਯਾਦ ਹੈ ਹਾਂਜੀ ਬਚਪਨ ਯਾਦ ਹੈ ਬਚਪਨ ਹਾਂਜੀ ਹਾਂਜੀ ਯਾਦ ਹੈ ਹਾਂਜੀ ਉਹ ਕਿਹੜੀ ਚੀਜ਼ ਸੀ ਜਿਹੜਾ ਬਾਪੂ ਲੈ ਕੇ ਆਉਂਦਾ ਬੜਾ ਦਿਲ ਖੁਸ਼ ਹੁੰਦਾ ਸੀ ਹਾਂਜੀ ਬਾਪੂ ਘਲਾਉਣੇ ਲੈ ਕੇ ਆਉਂਦਾ ਸੀ ਖਾਣ ਪੀਣ ਨੂੰ ਲੈ ਕੇ ਆਉਂਦਾ ਦਿਲ ਖੁਸ਼ੀ ਸੀ ਖੁਸ਼ ਇੱਕ ਚੀਜ਼ ਦੱਸੋ ਜਿਹਦੇ ਤੋਂ ਬਹੁਤ ਦਿਲ ਖੁਸ਼ ਹੁੰਦਾ ਸੀ ਦਿਲ ਤਾਂ ਫਿਰ ਤੁਹਾਨੂੰ ਪਤਾ ਖਾਣ ਪੀਣ ਵਾਲੀ ਚੀਜ਼ ਤੇ ਹੀ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਹੁਣ ਤਾਂ ਫਿਰ ਅਸੀਂ ਆਪ ਇਹਨਾਂ ਨੂੰ ਦਿੰਨੇ ਆ ਹੁਣ ਉਹੀ ਚੀਜ਼ਾਂ ਲੈ ਹਾਂ ਇਹਨਾਂ ਲੈ ਕੇ ਦਿੰਨੇ ਫਿਰ ਤੇ ਪਈਆਂ ਹਨ ਹਾਂਜੀ ਹਾਂ ਬਾਈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਨਾਂ ਕੀ ਵੀਰ ਦਾ ਮੇਰਾ ਨਾਮ ਜਸਵੰਤ ਸਿੰਘ ਹੈ ਜੀ ਜਸਵੰਤ ਸਿੰਘ ਹਾਂਜੀ ਹਾਂਜੀ ਮੈਂ ਨਾ ਫੋਟੋ ਵੇਖ ਲਈ ਤੁਹਾਡੀ ਫੇਸਬੁੱਕ ਤੇ ਤਾਂ ਤੁਹਾਡੇ ਵਰਗੇ ਵਾਲ ਕਟਾਏ ਨੇ ਠੀਕ ਹੈ ਵੈਰੀ ਗੁੱਡ ਜੀ ਚਲੋ ਸਾਡੇ ਬੰਦਾ ਮੈਨੂੰ ਕਹਿੰਦੇ ਦੱਸਿਆ ਇਧਰੋਂ ਕਟਾਏ ਨੇ ਯੰਗ ਜਿਹਾ ਲੱਗਦਾ ਮੈਨੂੰ ਠੀਕ ਹੈ ਜੀ ਠੀਕ ਆਹੀ ਗੱਲ ਹੋਰ ਜੀ ਅਸੀਂ ਬਹੁਤ ਧੰਨਵਾਦ ਆ ਕਿ ਸਾਡੇ ਪਿੰਡ ਤੁਸੀਂ ਆਏ ਆ ਅੱਜ ਪਹਿਲੀ ਵਾਰੀ ਬੜਾ ਮੌਕਾ ਮਿਲਿਆ ਬੜੀ ਖੁਸ਼ੀ ਹੋਈ ਮੈਨੂੰ ਕਦੀ ਆਏ ਨਹੀਂ ਗੁੱਡੀ ਵਾਲਾ ਨਹੀਂ ਕੋਈ ਨਹੀਂ ਆਇਆ ਜੀ ਲੈ ਵੀ ਗੱਲ ਸੁਣ ਲਓ ਵੀ ਆਪਾਂ 3-4 ਵਾਰੀ ਆਉਣਾ ਤੁਹਾਡੇ ਪਿੰਡ ਆਇਓ ਜੀ ਬਹੁਤ ਸ਼ੁਕਰ ਪਿੰਡ ਕਾਫੀ ਵੱਡਾ ਗੱਲ ਬਕਲਾ ਹਾਂਜੀ ਮੈਨੂੰ ਉਹ ਮੁੰਡੇ ਕਹਿੰਦੇ ਗਾਣਾ ਗਾਉਂਦਾ ਗਾਉਂਦਾ ਜੀ ਗਾਉਂਦਾ ਇੱਕ ਗਾਣਾ ਇੱਥੇ ਆ ਫਿਰ ਨੇੜੇ ਆ ਉਹ ਪੁੱਤ ਜੱਟਾਂ ਦੇ ਨੂੰ ਸੋਣੀਏ ਤਬਾਹ ਕਰ ਗਈ ਨੀ ਜਿਹੜੇ ਦਿਨ ਤੋਂ ਉਹਦੇ ਤੋਂ ਵੱਖਰਾ ਕਰ ਗਈ ਉਹ ਹੁਣ ਮੌਤ ਆ ਜੇ ਤੇਰੇ ਨਾਲੋਂ ਪਹਿਲਾਂ ਨਹੀਂ ਮੌਤ ਆ ਜੇ ਤੇਰੇ ਨਾਲੋਂ ਪਹਿਲਾਂ ਨਹੀਂ ਰਹਿਨੇ ਰੱਬ ਤੋਂ ਦੁਆਵਾਂ ਇਹੋ ਮੰਗਦੇ ਨੀ ਮੁੰਡਾ ਹੁਣ ਤੱਕ ਸਾਂਭੀ ਬੈਠਾ ਸੋਣੀਏ ਟੋਟੇ ਟੁੱਟੇ ਹੋਏ ਹਾਏ ਤੇਰੀ ਵੰਗਦੇ ਹਾਏ ਮੁੰਡਾ ਹੁਣ ਤੱਕ ਜ਼ਾਂਬੀ ਬੈਠਾ ਸੋਣੀਏ ਨੀ ਟੋਟੇ ਟੁੱਟੇ ਹੋਏ ਹਾਏ ਤੇਰੀ ਵੰਗਦੇ ਦੂਜਾ ਜੀ ਅੱਛਾ ਲਾਸਟ ਵਾਲਾ ਅੱਛਾ ਹੋ ਚੱਕ ਗੀਤ ਮਸ਼ਹੂਰ ਸਾਡਾ ਹੋ ਗਿਆ ਤੂੰ ਵੀ ਹੋਈ ਲੱਗੇ ਸਾਨੂੰ ਪਰੇਸ਼ਾਨ ਨੀ ਹੋਣਾ ਚੇਤੇ ਗੱਲ ਵਿੱਚ ਮੁੰਡਾ ਵੱਸਦਾ ਨਾਮ ਵਿੱਕੀ ਨਾਲੇ ਗੋਤ ਕਲਿਆਣ ਨੀ ਬਸ ਆਉਂਦੀ ਨਾ ਨਜ਼ਰ ਨੀ ਤੂੰ ਸੋਣੀਏ ਹਾਏ ਆਉਂਦੀ ਨਾ ਨਜ਼ਰ ਨੀ ਤੂੰ ਸੋਣੀਏ ਨੀ ਅਸੀਂ ਅੱਜ ਵੀ ਹਾਂ ਵੀ ਤੇਰੀ ਲੰਘਦੇ ਮੁੰਡਾ ਹੁਣ ਤੱਕ ਜ਼ਾਂਬੀ ਬੈਠਾ ਸੋਣੀਏ ਨੀ ਟੋਟੇ ਟੁੱਟੇ ਹੋਏ ਹਾਏ ਤੇਰੀ ਵੰਗਦੇ ਨੀ ਇਹ ਵੰਗ ਵੈਸੇ ਰੱਖੇ ਕਿੱਥੇ ਟੁੱਟੇ ਆਪਣੇ ਕੋਲੇ ਰੱਖੇ ਕਿਤਾਬ 'ਚ ਹਾਂ ਵੇਲੇ ਉਮਰ 10ਵੀਂ ਪੜ੍ਹਦਾ ਜੇ ਕਿਉਂ ਵੀ ਇਹਨੂੰ ਦਿਓ 10 ਰੁਪਏ ਮੁੰਡੇ ਨੇ ਗਾਇਆ ਬਹੁਤ ਸੋਹਣਾ ਮੇਰੇ ਕੋਲ ਆਪ ਹੈ ਨਹੀਂ ਕਿਆ ਬਾਤ ਹੈ ਅੱਛਾ ਇਹਨੂੰ ਸਮਝਾ ਦੂੰ ਯਾਰ 10ਵੀਂ ਪੜ੍ਹਦਾ ਗਾਣੇ ਕਿੱਦਾਂ ਦੇ ਗਾਉਂਦਾ ਜੀ ਨਹੀਂ ਨਹੀਂ ਠੀਕ ਆ ਮੁੰਡਾ ਠੀਕ ਅੱਛਾ ਲਿਖਦਾ ਜੀ ਦਿਲ ਤੇ ਤੇਰੇ ਦਿਲ ਦੇ ਨੇੜੇ ਆ ਗਾਣਾ ਨਹੀਂ 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 ਹਾਂ ਵਧੀਆ ਲਿਖਿਆ ਵਾ ਮੁੰਡੇ ਨੇ ਅੱਛਾ ਗਾਣਾ ਵਧੀਆ ਲਿਖਿਆ
ਸਾਸੀਗਾ ਜੀ ਆਵਾਜ਼ ਕੱਢ ਜੋਰੀ ਬੋਲ ਸਾਸੀਗਾ 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 ਜਿਵੇਂ ਮੈਂ ਬੋਲਦਾ ਮੈਂ ਬੋਲ चल मेनू बिच कर बैठ माड़ा एन हो इथे ला भी एक फोटो खिंचो मेरी ए जवाकों के घैंट जी सारे ऐ वेखो सीधे ऐ मूँह बनाओ ऐदा बना ठीक है किदा किदा चलो तू बनाया नहीं है बना सारे दसवीं पढ़ते हो ना नहीं यार आठवीं च अच्छा आठवीं च दो साल काटे तू तो दसवीं जाएगा हैं सातवीं च उम्र तो तेरी बड़ी लगती हो हैं ग्यारह साल दा ग्यारह साल दा हो गया फिर दा चार साल पीछे क्यों है फेल हो गया सी एक मेरे हैं फड़ा गया ना असी कट्ठे ही पढ़ते सी कौन कौन आ वाली अच्छा ये आठवीं च हो गया ये फेल का तो है ए मेरी क्लास च बैठ जांदा सीगा इहदा सेक्शन होर सी फिर सरां ने इहनूं फेल करता अच्छा सेक्शन च बैठ करके फेल करता हां जी इहदा सर मैनूं सर दा नंबर दे आया इहो जे गरीब बेचारा है ना हां जी हैना की करन जांदा सी ना सेक्शन च बैठ ए मेरी भैण सी मैं इहदे नाल करता अच्छा भैण नाल बैठ जांदा सी फिर फेल करता मास्टर इह तां माड़ी गल है यार मास्टर जी तुहाडे वास्ते बहुत गलत गल है मुंडा बेचारा साल पिछे करता हैना हां जी वैसे तां तू 4 साल पिछे है 11 साल दा हो गया 7वीं फिरदा है चलो एक मैं सवाल पूछने लगा तुम सारे नूं एक बाजार चों खाण वास्ते चीज खरीदे पर खांदे नहीं हैं मीट ओ मीट तो खा लिया किड्डी छेती बेले मीट बोलो खाण वास्ते खरीदे हैं पर खांदे नहीं अज तुम मैं सारे पांच पांच रुपये दे एक ने भी जवाब देता रुपये सारे पांच पांच दो बोलो दोवें भरा जी ना जमा शक्ल डिटो वेखी कोई जुड़वा जे नहीं छोटा दस ओए केड़ी चीज खाने वास्ते खरीदे मैं हैं मैं ओए मैं नहीं पूछा भी तू खरीदा कहना मैं खरीदा मैं क्या केड़ी चीज खाने वास्ते खरीदे हैं पर खांदे नहीं दसो दसो हैं नहीं पता मैं फिर ऐं डिक्लेयर कर दूंगा भी गालो कलां दे तेनू वाकई फेल सच्चा की टमाटर टमाटर जी तुसीं सच्चे सीगे मैं मास्टर जी थोड़े से माफ़ी मांगदा ये मुंडे दोबारा तो रहने दे हुण पहले बहुत उम्र हो गई सब्जी सब्जी तो खाने असीं खाने लई खरीदते हैं पर खाते नहीं नहीं पता नहीं पता कटो पांच पांच रुपये फिर दसूंगा पैसे कटो हैं अच्छा मेरे मैं जी हार जांदा फिर मैं इन्हां नूं पांच दिंदा हुण मैनू मैनू रुपये रुपये दे दो कटो नहीं तो मैं दसदा नहीं फिर अज है दसा दसा बोलो प्लेट प्लेट खान ली नहीं खरीदे तो खाने उन्होंने कभी नहीं आओ चल चंगा थैंक यू देसी पंजाब मेरा देसी पंजाब लो जी देसी पंजाब दी देसी सथ लगा दी है पिंड गालब कलां दे विच ते अज ए सथ विच महफल दा शिंगार बनेगा पंजाब दा सोहना सनाखा गायक जगपाल संधु जगपाल संधु जी सब तो पहला देसी पंजाब थोड़ा स्वागत है स्वागत जी सर दा सत श्री अकाल जी सत श्री अकाल सारेयां नूं जगपाल जी सर श्री अकाल सवाल पुछणा है कदों को गाना शुरू कीता जी अपन नूं हो गए जी लगभग मैं 2000 दा इस लाइन दे विच आया हां ते 2007 दे विच मेरी पहली कैसेट आ गई सीगी जो कि टिंगलिंग कंपनी ने रिलीज़ की थी हाँ जी बहुत अच्छी कैसेट थी जिसनों के बहुत ज़्यादा प्यार देता श्रोतियों ने और उड़ा उड़ा सौग उसने वो भी आप चार लाइन सुनावे दर्शकों तो एक गाना चले सी आखिर पैंता कला जट पच्चीआं दे भारू कुड़िए जिस गीत नूं बहुत ज़्यादा प्यार दिता सी जगपाल जी उस्ताद किहड़े है जिन्हां दी प्रेरणा सदका तुसीं इस लाइन विच आ गए उस्ताद जी मेरे जनाब सुरिंदर छिंदा जी जिसके ना तो कि सारी दुनिया जाणू है तो एक बार उन्होंने जोरदार ताड़ियाँ हो जाए सुरिंदर छिंदा जी अच्छा हुण किन्ने कु गाने जिहड़े मार्केट विच आ गए 50-60 ट्रैक तो मेरे घट्टो घट्ट एज ए आडियो आ चुके ने आडियो हाँ जी और वीडियोस वीडियो आ गए ने अपने 20-22 दे गेट मेरे सामने ये तो मतलब अमीर करो वीडियो बनाने आज दे युग च बहुत औखा अमीर ला लो गरीब ला लो सब इको ही है जी हाँ जी अच्छा पिछोकड़ केड़ा पिंड केड़ा है अपना
ਬਾਣੀਏ ਵਾਲ ਪਿੰਡ ਹੈ ਜੀ, ਬਹੁਤ ਸੋਹਣਾ ਜਿਹਾ ਪਿੰਡ ਹੈ, ਛੋਟਾ ਜਿਹਾ ਪਿੰਡ ਹੈ ਜੀ। ਮੁੰਡਾ ਸੋਹਣਾ ਸੁਣਾ, ਪਿੰਡ ਦਾ ਸੋਹਣਾ ਹੋਣਾ। ਬਿਲਕੁਲ ਜੀ, ਬਿਲਕੁਲ ਬਾਬਾ ਜੀ, ਬਿਲਕੁਲ ਓਕੇ ਰਿਪੋਰਟ ਹੈ ਜੀ। ਅੱਛਾ, ਕਿਹੜੇ ਗਾਣੇ ਤੋਂ ਸ਼ੁਰੂਆਤ ਕਰਨ ਲੱਗੇ? ਜਿਹੜਾ ਤੁਸੀਂ ਹੁਕਮ ਕਰੋਗੇ ਬਾਬਾ ਜੀ ਆਪਾਂ ਗਾ ਦਿੰਦੇ। ਮੈਂ ਤੁਹਾਡੀ ਪਸੰਦ ਦਾ ਪਹਿਲਾ ਗਾਣਾ ਸੁਣਨਾ। ਟੌਰ ਸ਼ੌਰ ਇਹ ਪੂਰੀ ਆੜੀ, ਟੌਰ ਸ਼ੌਰ ਇਹ ਪੂਰੀ, ਕੰਮ ਮਾੜਾ ਕਰੀਏ ਨਾ, ਨਾਲ ਸਾਨਾ ਦੇ ਪਿੜੀਏ ਬਈ ਮਾੜੇ ਨਾਲ ਲੜੀਏ ਨਾ, ਨਾਲ ਸਾਨਾ ਦੇ ਪਿੜੀਏ ਬਈ ਮਾੜੇ ਨਾਲ ਲੜੀਏ ਨਾ, ਜਦੋਂ ਲਲਕਰਾ ਮਾਰਾ ਪਤਲੀ ਨਾਰੇ ਤੇ ਬਹੁਤ ਅੱਛਾ ਗਾਣਾ ਜੀ। ਕੰਡਾ ਕੱਢਤਾ ਸਿਰੇ ਦਾ ਜੱਗ ਫੈਨ ਬਣ ਗਿਆ, ਉਹ ਯਾਰ ਸ਼ੁਰੂ ਤੋਂ ਹੀ ਮਾਫੀਆ ਦਾ ਮੈਨ ਬਣ ਗਿਆ, ਕੰਡਾ ਕੱਢਤਾ ਸਿਰੇ ਦਾ ਜੱਗ ਫੈਨ ਸ਼ੁਰੂ ਤੋਂ ਹੀ ਮਾਫੀਆ ਦਾ ਹੌਸਲਾ ਗੱਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ ਸ਼ੂਟ ਦਾ ਅੱਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ ਸ਼ੂਟ ਦਾ ਅੱਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ ਯਾਰੀ ਮੌਤ ਦੇ ਸਦਾਗਰਾਂ ਦੇ ਨਾਲ ਜੱਟ ਦੀ, ਉਹ ਬੜੇ ਜ਼ੋਰਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ, ਯਾਰੀ ਮੌਤ ਦੇ ਸਦਾਗਰਾਂ ਦੇ ਨਾਲ ਜੱਟ ਦੀ, ਬੜੇ ਜ਼ੋਰਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ, ਪਾਰ ਜਦੋਂ ਬਾਰਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ ਸ਼ੂਟ ਦਾ ਆਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ ਸ਼ੂਟ ਦਾ ਆਡਰ ਹੋ ਗਿਆ ਨੀ, ਤੇਰੇ ਯਾਰ ਨੂੰ ਪਤਲੀਏ ਨਾਰੇ। ਕੀ ਸੁਣਨਾ? ਉੜਾ ਆੜਾ ਸੌਂਗ ਜੀ। ਕਿਉਂ, ਕਿੱਡੀ ਉਮਰ ਹੋ ਗਈ ਅੱਜ ਸੁਣਿਆ ਨੀ? ਨਹੀਂ ਨਹੀਂ ਹਜੇ ਸੁਣ ਤਾਂ ਗਾਣਾ, ਮੈਂ ਕਿਹਾ ਵੈਸੇ ਉੜਾ ਆੜਾ। ਉਮਰਾਂ ਦਾ ਸਾਥ ਐਡਾ ਸੀ ਤੇਰਾ ਚਾਹੁੰਦੇ, ਇੱਕੋ ਇੱਕ ਤੂੰ ਹੀ ਸੱਸਾ ਸੀ ਜੋ ਸੁਣਾਉਂਦੇ, ਹੌਲੀ 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 ਤੈਨੂੰ ਭਰਮਾਵਾਂਗੇ ਨੀ ਕੱਕਾ ਕੁੜੀਏ ਕਬੂਤਰੀਏ, ਚੋਗ ਤੈਨੂੰ ਇਸ਼ਕੇ ਦੀ ਪਾਵਾਂਗੇ ਨੀ ਕੱਕਾ ਕੁੜੀਏ ਕਬੂਤਰੀਏ, ਚੋਗ ਤੈਨੂੰ ਇਸ਼ਕੇ ਦੀ ਪਾਵਾਂਗੇ ਨੀ ਕੱਕਾ ਕੁੜੀਏ ਕਬੂਤਰੀਏ, ਚੁੰਗਾ ਕੇ ਬਾਪੂ ਪਾਲਿਆ ਜਿਹੜਾ ਖੰਗਿਆ ਮੈਂ ਉਹੀ ਲੰਮਾ ਪਾਲਿਆ, ਮੈਨੂੰ ਪੂਰੀਆਂ ਚੁੰਗਾ ਕੇ ਬਾਪੂ ਪਾਲਿਆ ਜਿਹੜਾ ਖੰਗਿਆ ਮੈਂ ਉਹੀ ਲੰਮਾ ਪਾਲਿਆ, ਸੋਲਵੇਂ ਦੇ ਵਿੱਚੋਂ ਮੈਂ ਸਤਾਰਵੇਂ ਤੇ ਜਾਵਾਂ, ਹੌਲੀ ਹੌਲੀ ਤਾਈਓ ਮੁੱਛਾਂ ਖੁੰਡੀਆਂ ਕਰਾਵਾਂ, ਅਸੀਂ ਡੋਬ ਦੇਈਏ ਪੱਤਣਾਂ ਦੇ ਤਾਰੂ ਕੁੜੀਏ, ਪੈਂਦਾ ਕੱਲਾ ਜੱਟ ਬੱਚੀਆਂ ਤੇ ਬਾਹਰੂ ਕੁੜੀਏ, ਪੈਂਦਾ ਕੱਲਾ ਜੱਟ ਬੱਚੀਆਂ ਤੇ ਬਾਹਰੂ ਕੁੜੀਏ, ਪੈਂਦਾ ਕੱਲਾ ਜੱਟ ਬੱਚੀਆਂ ਤੇ ਬਾਹਰੂ ਕੁੜੀਏ, ਚੰਨ ਵੇਖ ਕੇ ਸ਼ੌਂਕਣ ਵੇਲੇ ਦੀ, ਪੈਰੀ ਪਾ ਕੇ ਝਾਂਜਰਾਂ ਆਉਂਦੀ ਮੇਲ ਦੀ,
ਫਤਿਹ ਇੱਕੋ ਬਸ ਰੱਬ ਦਾ ਸਹਾਰਾ ਤੱਕੀਏ ਸੋਚੀਏ ਜੋ ਕੰਮ ਕਰਕੇ ਹੀ ਰੱਖੀਏ ਇੱਕ ਵਾਰੀ ਜਿਹੜੇ ਰਾਤ ਪੈਰ ਰੱਖੀਏ ਇੱਕ ਵਾਰੀ ਜਿਹੜੇ ਰਾਤ ਪੈਰ ਰੱਖੀਏ ਕਦੇ ਪਿੱਛੇ ਨਾ ਹਟੇ ਉਹ ਜਿਹੜੇ ਕੰਮ ਨੂੰ ਯਾਰਾਂ ਨੇ ਹੱਥ ਪਾ ਲਿਆ ਜੀ ਉਹ ਕੰਮ ਫਤਿਹ ਫਤਿਹ ਜਿਹੜੇ ਕੰਮ ਨੂੰ ਯਾਰਾਂ ਨੇ ਹੱਥ ਪਾ ਲਿਆ ਜੀ ਉਹ ਕੰਮ ਫਤਿਹ ਫਤਿਹ ਦੇਸੀ ਪੰਜਾਬ ਦੀ ਦੇਸੀ ਸੱਸ ਲੱਗੀ ਸੀ ਪਿੰਡ ਗਾਲਬ ਕਲਾਂ ਦੇ ਵਿੱਚ ਬਾਈ ਜਗਪਾਲ ਜੀ ਸਵਾਦ ਆ ਗਿਆ ਕਿਆ ਬਾਤ ਹੈ ਥੈਂਕ ਯੂ ਭਾਜੀ ਸੋ ਦੇਸੀ ਪੰਜਾਬ ਦੀ ਸਾਰੀ ਟੀਮ ਦਾ ਔਰ ਗਾਲਬ ਕਲਾਂ ਦੇ ਸਾਰੇ ਨਿਵਾਸੀਆਂ ਦਾ ਤਹਿ ਦਿਲ ਤੋਂ ਸ਼ੁਕਰੀਆ ਜੀ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਧੰਨਵਾਦ ਲਓ ਜੀ ਅਗਲੀ ਵਾਰ ਕਿਸੇ ਹੋਰ ਪਿੰਡ ਵਿੱਚ ਮਿਲਾਂਗੇ ਕਿਸੇ ਹੋਰ ਗਾਇਕ ਗਾਇਕਾ ਜਾਂ ਕਿਸੇ ਮਹਾਨ ਹਸਤੀ ਦੇ ਤੁਹਾਨੂੰ ਰੂਬਰੂ ਕਰਾਵਾਂਗੇ ਤਦ ਤੱਕ ਗੁਰਨਾਮ ਸਿੱਧੂ ਮੰਗਦਾ ਇਜਾਜ਼ਤ ਰੱਬ ਰੱਖ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਆਇਆ ਕਰੋ ਕਦੇ ਜਾਇਆ ਕਰੋ ਕਦੇ ਤੋੜ ਤੋੜ ਸੀਟੀਆਂ ਵਜਾਇਆ ਕਰੋ ਮੇਰੀ ਨੇ ਮੁੰਡੇ ਜੰਮੇ ਸੱਤ ਸੱਸ ਮੇਰੀ ਨੇ ਮੁੰਡੇ ਜੰਮੇ ਸੱਤ ਛੇਵੀਂ ਵਾਰੀ ਆਈ ਪੰਜੀਰੀ ਸੱਤਵੀਂ ਵਾਰੀ ਬਸ ਬਰੇਕਾਂ 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 ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ ਮੇਰੀ ਸੱਸ ਬਰੇਕਾਂ ਹੁਣ ਲੱਗੀਆਂ ਮੇਰੀ ਸੱਸ